ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਾ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਤਿਹਗੜ ਸਾਹਿਬ ਵਿਖੇ ਜੋ ਭਰਤੀਆਂ ਆਈਆਂ ਹਨ ਉਨਾ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਤਾਂ ਮੈਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਵਾਂ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀਆਂ ਜੌਬਸ ਬਾਰੇ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਮੈਂ ਹੁਣ ਤੁਹਾਨੂੰ ਲੈ ਚੱਲਦਾ ਹਾਂ ਇਸ ਦੇ ਅਫੀਸ਼ੀਅਲ ਐਡਵਰਟਾਈਜ਼ਮੈਂਟ ਉੱਪਰ ਤਾਂ ਦੋਸਤੋ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਤੇਗੜ ਸਾਹਿਬ ਵਿਖੇ ਸਤਰੀ ਅਤੇ ਬਾਲ ਵਿਕਾਸ ਵਿਭਾਗ ਫਤੇਗੜ ਸਾਹਿਬ ਵਿੱਚ ਜੋ ਸਕੀ ਵਨ ਸਟਾਪ ਸੈਂਟਰ ਸਕੀਮ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਕੇਸ ਵਰਕਰ ਅਤੇ ਕਾਉਂਸਲਰ ਦੀਆਂ ਜੋ ਭਰਤੀਆਂ ਆਈਆਂ ਹਨ ਤੇ ਨੰਬਰ ਆਫ ਪੋਸਟ ਇਦਾਂ ਹਨ ਕਿ ਕੇਸ ਵਰਕਰ ਦੇ ਲਈ ਜੋ ਇੱਕ ਹੀ ਪੋਸਟ ਕੱਢੀ ਗਈ ਹੈ ਅਤੇ ਕੇਵਲ ਫੀਮੇਲ ਕੈਂਡੀਡੇਟਸ ਹੀ ਇਸ ਲਈ ਅਪਲਾਈ ਕਰ ਸਕਦੇ ਹਨ ਤੇ ਇਸ ਦੀ ਜੋ ਮੰਥਲੀ ਸੈਲਰੀ ਹੋਵੇਗੀ 12000 ਰੁਪਏ ਹੋਵੇਗੀ ਅਤੇ ਕਾਉਂਸਲਰ ਲਈ ਇੱਕ ਹੀ ਪੋਸਟ ਕੱਢੀ ਗਈ ਹੈ ਤੇ ਇਸ ਲਈ ਵੀ ਜੋ ਫੀਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਹਨ ਤੇ 15000 ਰੁਪਏ ਜਿਹੜੀ ਫਿਕਸ ਸੈਲਰੀ ਹੋਵੇਗੀ ਤੇ ਜਿਹੜੇ ਚਾਹਵਾਨ ਕੈਂਡੀਡੇਟਸ ਹਨ ਉਹ 23 12 2020 ਤੱਕ ਜੋ ਦੁਪਹਿਰ 5 ਵਜੇ ਤੱਕ ਆਪਣੀਆਂ ਸਾਰੀਆਂ ਅਰਜ਼ੀਆਂ ਜਿਹੜੀਆਂ ਕੇਵਲ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਜਿਹੜੀਆਂ ਭੇਜ ਸਕਦੇ ਹਨ ਬਾਕੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਤੇ ਲੋੜੀਂਦੀਆਂ ਵਿਦਿਅਕ ਯੋਗਤਾਵਾਂ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ fatehgarhsahab.nic.in ਤੇ ਜਾ ਕੇ ਲੌਗਇਨ ਕਰ ਸਕਦੇ ਹੋ ਦੋਸਤੋ ਐਸੀ ਪੁਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਤਿਹਗੜ ਸਾਹਿਬ ਵਿਖੇ ਆਈਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਹੋਰ ਨਾ ਜੋਬਸ ਦੀ ਜਾਣਕਾਰੀ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ